ਜੋਗੀ ਓਏ ਤੇਰੇ ਯਾਰ ਦੀ ਹੋ ਗਈ ਸੈਟਿੰਗ ਤੇਰੇ ਯਾਰ ਦੀ ਹੋ ਗਈ ਸੈਟਿੰਗ ਕਿਹਦੇ ਨਾਲ ਉਹ ਆਪਣੀ ਕਾਲਜ ਵਾਲੀ ਨਹੀਂ ਸੀ ਸਾਰਾ ਉਹਦੇ ਨਾਲ ਉਹ ਜਿਹਦੇ ਘਰੇ ਆਂਡੇ ਸਮਾਰਤੇ ਆ ਆਪਾਂ ਉਹ ਜਦ ਘਰ ਆਂਡੇ ਸਿੱਟੇ ਸੀਗੇ ਉਹ ਸ਼ੀਸ਼ਾ ਪਾਣ ਦਿੱਤਾ ਸੀ ਸ਼ੀਸ਼ਾ ਪਾਣ ਦਿੱਤਾ ਸੀ ਬੋਲਾ ਬੰਦਾ ਕੋਠੀ ਵਾਲੇ ਨਾ ਉਹਨਾਂ ਨਾਲ ਆਪਣੀ ਸੈਟਿੰਗ ਹੋ ਗਈ ਹੋ ਗਈ ਹੈ ਹੋ ਗਈ ਗੱਲਬਾਤ ਪੱਕੀ ਹੈ ਪੱਕੀ ਹੈ ਡਲਾ ਡਾਂਡਾ ਡਾਂਡਾ ਸੱਸਮੇ ਕੰਮ ਡਾਂਨੇ ਹਾਂ ਚੱਲੀਓ ਫਿਰ ਅੱਜ ਰਾਤ ਚੱਲ ਸਾਂ ਫੁੱਲ ਬਾਰ ਨਾ ਚੱਲ ਸਾਂ ਪਰ ਟ੍ਰੀਟ ਕਿਸ ਲਈ ਦੇ ਰਹੇ ਆ ਟ੍ਰੀਟ ਜਦੋਂ ਆ ਕੇ ਤੇਰੇ ਨਾਲ ਕੋਈ ਟ੍ਰੀਟ ਤੂੰ ਬਰਾ ਹੈ ਮੇਰਾ ਹਾਂ ਪੈਸੇ ਮੰਗਾ ਲਈ ਸਾਂ ਆਪਾਂ ਚਲੋ ਸਹੀ ਹੈ ਹਮਜ਼ਾ ਫਿਰ ਆਪਣਾ ਪੱਕਾ ਕੰਮ ਹੋ ਹੀ ਗਿਆ ਮੈਂ ਤੈਨੂੰ ਕਿਹਾ ਸੀ ਨਾ ਆਪਣੇ ਲੱਭ ਜਾਣੀ ਆ ਪਿਆਰ ਕੀਤਾ ਸੀ ਪੱਕਾ ਪਿਆਰ ਕੰਮ ਹੋ ਹੀ ਗਿਆ ਆਪਣਾ ਪੱਕਾ ਕੰਮ ਨਹੀਂ ਲਾਣੀ ਹਾਂਜੀ ਬੇਟੇ ਜੀ ਕਿਸ ਬਾਰੇ ਗੱਲ ਕਰ ਰਹੇ ਹੋ ਇਸ਼ਕ ਮੁਹੱਬਤ ਪਿਆਰ ਬਾਬਾ ਜੀ ਤੁਹਾਨੂੰ ਇਸ ਗੱਲਾਂ ਦਾ ਕੀ ਪਤਾ ਬਾਬਾ ਜੀ ਚੰਗੇ ਬੰਦੇ ਨੇ ਬਾਬਾ ਜੀ ਇਧਰ ਆਉਂਦੇ ਇਧਰ ਆਣ ਦਾ ਸੈਂਟਰ ਚ ਲੈ ਕੇ ਆ ਬਾਬਾ ਜੀ ਨਾ ਬਾਬਾ ਜੀ ਬੜੇ ਚੰਗੇ ਬੰਦੇ ਨੇ ਤੂੰ ਲਫ਼ਜ਼ ਬੋਲਣ ਦਾ ਮਤਲਬ ਕੀ ਹੈ ਮਤਲਬ ਹੀ ਨਹੀਂ ਪਤਾ ਮੈਂ ਤੁਹਾਡਾ ਕਿਸੇ ਇਸ ਬਾਰੇ ਪਤਾ ਵੀ ਹੈ ਕੁਛ ਪੁੱਤਰ ਕਿਹੜੀ ਸ਼ੈ ਯਾਦ ਕਰਾ ਦਿੱਤੀ ਹੈ ਆਓ ਬੈਠੋ ਤੈਨੂੰ ਗੱਲ ਸੁਣਾਉਣਾ ਬਾਬਾ ਜੀ ਹਾਂਜੀ ਤੁਸੀਂ ਆਪਣੀ ਸਟੋਰੀ ਸੁਣਾਉਣ ਲੱਗੇ ਸੀ ਉਹ ਤਾਂ ਸਾਨੂੰ ਸੁਣਾ ਦਿਓ ਮੈਂ ਆਪਣੀ ਸਟੋਰੀ ਉਹ ਲਵ ਸਟੋਰੀ ਆ ਲਵ ਸਟੋਰੀ ਜੇ ਤੇ ਪਿਆਰ ਕਰੀਦਾ ਆਹੋ ਆਹੋ ਨਹੀਂ ਹੋਰ ਅੱਛਾ ਅੱਛਾ ਉਹ ਤੇ ਬਾਬਾ ਜੀ ਹੋਰ ਮੈਂ ਤੈਨੂੰ ਆਪਣੀ ਗੱਲ ਜਦੋਂ ਵੱਡਾ ਬੋਲਦਾ ਹੋਵੇ ਉਦੋਂ ਛੋਟੇ ਨਹੀਂ ਬੋਲਦੇ ਹੁੰਦੇ ਅੱਛਾ ਅੱਛਾ ਮੈਂ ਇੱਕ ਪਿਆਰ ਕੀਤਾ ਇੱਕ ਕੁੜੀ ਨਾਲ ਇੱਕ ਵਾਰੀ ਕੀਤਾ ਅਸੂਲ ਆਪਣੀ ਜ਼ਿੰਦਗੀ ਦਾ ਪਿਆਰ ਕਰਨਾ ਤੇ ਇੱਕ ਵਾਰੀ ਕਰਨਾ ਕਾਲੀ ਰਾਤ ਸੀ ਹਰ ਤਰਫ ਆਂਧੀ ਬਾਬਾ ਜੀ ਸ਼ੁਰੂ ਤੋਂ ਕਾਲੀ ਰਾਤ ਹਰ ਤਰਫ ਆਂਧੀ ਅੰਧੇਰਾ ਛਾਇਆ ਹੋਇਆ ਬਾਬਾ ਜੀ ਸ਼ੁਰੂ ਤੋਂ ਸੁਣਾਓ ਇਹ ਕਿੱਥੋਂ ਤੋਂ ਕਾਲੀ ਰਾਤ ਦੇ ਵਿੱਚ ਹੀ ਫਸੇ ਉਹ ਇੱਕ ਕਹਾਣੀ ਇੱਥੋਂ ਸ਼ੁਰੂ ਹੁੰਦੀ ਆ ਅੱਛਾ ਸਹੀ ਹੈ ਸੁਣਾਓ ਕਾਲੀ ਰਾਤ ਥੀ ਹਰ ਤਰਫ ਆਂਧੀ ਛਾਈ ਹੋਈ ਥੀ ਤੇਜ਼ ਹਵਾ ਚੱਲ ਰਹੀ ਥੀ ਉਹ ਵੀ ਡਰੇ ਤਾਂ ਨਹੀਂ ਜਾਨ ਹੀ ਬੜੀ ਸੀ ਉਦੋਂ ਆਪਣੇ ਵਿੱਚ ਜਾਨ ਮੈਂ ਆਪਣੀ ਮੰਜੀ ਉੱਤੇ ਪਿਆ ਹੋਇਆ ਸੀ ਮੈਨੂੰ ਨਾ ਯਕਦਮ ਇੱਕ ਸ਼ੋਰ ਸੁਣਾਈ ਬਚਾਓ ਬਚਾਓ ਹੈਲਪ ਬਚਾਓ ਮੈਂ ਛੇਤੀ ਛੇਤੀ ਉੱਠਿਆ ਸੋਟੀ ਪਰ ਸਮਝਦੇ ਸੋਟੀ ਕੀ ਹੁੰਦੀ ਉਹ ਚੱਕੀ ਨੱਸ ਪਿਆ ਬਾਹਰ ਮੈਂ ਬਾਹਰ ਜਾ ਕੇ ਦੇਖਿਆ ਇੱਕ ਕੁੜੀ ਸੀ ਤਿੰਨ ਮੁੰਡਿਆਂ ਨੇ ਉਹਨੂੰ ਪਕੜਿਆ ਹੋਇਆ ਸੀ ਉਹ ਕਹਿੰਦੀ ਸੀ ਬਚਾਓ 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 ਫਿਰ ਬਾਬਾ ਜੀ ਮੈਂ ਉਹਨਾਂ ਵੱਲ ਨੱਸ ਕੇ ਗਿਆ ਨੱਸ ਕੇ ਗਿਆ ਮੈਂ ਜਾ ਕੇ ਉਹਨਾਂ ਨੂੰ ਪਕੜਿਆ ਮੁੰਡਿਆਂ ਨੂੰ ਅੱਛਾ ਇੱਕ ਨਜ਼ਰ ਕੁੜੀ ਵੱਲ ਦੇਖਿਆ ਮੈਨੂੰ ਪਿਆਰ ਹੋ ਗਿਆ ਕੁੜੀ ਨਾਲ ਮੈਂ ਉਹਨਾਂ ਨੂੰ ਜਾ ਕੇ ਪਕੜਿਆ ਉਹਨਾਂ ਨੇ ਮੈਨੂੰ ਪਕੜਿਆ ਕੁੜੀ ਸਾਲੀ ਨੱਸ ਗਈ ਵਿੱਚ ਅੱਗੇ ਬਾਬਾ ਜੀ ਫਿਰ ਕੁੜੀ ਨੱਸ ਫਿਰ ਉਹ ਕੀ ਸੀ ਪੁੱਤ ਉਹਨਾਂ 'ਚ ਜਾਨ ਹੀ ਬੜੀ ਸੀ ਉਹਨਾਂ ਨੇ ਫੜ ਕੇ ਮੈਨੂੰ ਕੁੱਟਿਆ ਉਹਨਾਂ ਨੇ ਮੇਰੀ ਜਿਹੜੀ ਜਾਨ ਸੀ ਉਹ ਯਕਦਮ ਹੀ ਨਿਕਲ ਗਈ ਜਦੋਂ ਮੈਂ ਕੁੜੀ ਵੱਲ ਦੇਖਿਆ ਓਏ ਹੋਏ ਸਾਰੀ ਜਾਨ ਜਿੱਦਾਂ ਸਰੀਰ ਹੀ ਖਾਲੀ ਹੋ ਜਾਂਦਾ ਓਏ ਹੋਏ ਹੋਏ ਫਿਰ ਕੀ ਹੋਇਆ ਮੈਂ ਤੁਸੀਂ ਤਾਂ ਬੜੇ ਬਹਾਦਰ ਸੀਗੇ ਮੈਂ ਕਾਲਜ ਲਾਈਫ ਆਪਣੀ ਕੱਢ ਦਿੱਤੀ ਯੂਨੀਵਰਸਿਟੀ ਲਾਈਫ ਹਰ ਕੁਛ ਪਰ ਮੈਂ ਪੜਿਆ ਨਾ ਮੈਂ ਉਹ ਕੁੜੀ ਨੂੰ ਲੱਭਣ ਦੀ ਬੜੀ ਕੋਸ਼ਿਸ਼ ਕੀਤੀ ਬਾਬਾ ਜੀ ਇੱਕ ਪੁਆਇੰਟ ਉਹ ਨਹੀਂ ਲੱਭੀ ਪਰ ਉਹਦੀ ਭੈਣ ਮੈਨੂੰ ਲੱਭ ਗਈ ਅੱਛਾ ਫਿਰ ਮੈਂ ਉਹਨੂੰ ਜਾ ਕੇ ਸਾਰੀ ਆਪਣੀ ਗੱਲਬਾਤ ਸੁਣਾਈ ਮੈਂ ਉਹਨੂੰ ਆਪਣਾ ਵਾਕਿਆ ਪੇਸ਼ ਕੀਤਾ ਮੈਂ ਉਹਨੂੰ ਆਪਣੀ ਪਿਆਰ ਮੁਹੱਬਤ ਦਾ ਇਜ਼ਹਾਰ ਕੀਤਾ ਪਰ ਉਹ ਵੀ ਟੁੱਟਾ ਦਿਲ ਸੀ ਉਹਦਾ ਫਿਰ ਮੈਂ ਉਹਨੂੰ ਸਾਰਾ ਵਾਕਿਆ ਪੇਸ਼ ਕੀਤਾ ਜਿੱਦਾਂ ਮੈਂ ਉਹਨੂੰ ਦੇਖਿਆ ਸੀ ਇੱਕ ਨਜ਼ਰ ਮੈਨੂੰ ਉਹਦੇ ਨਾਲ ਪਿਆਰ ਹੋ ਗਿਆ ਮੈਨੂੰ ਉਹ ਸਾਰਾ ਕੁਛ ਦੱਸਿਆ ਜੋ ਕੁਛ ਉਹ ਗੁੰਡਿਆਂ ਨੇ ਮੇਰੇ ਨਾਲ ਕੀਤਾ ਮੈਂ ਉਹ ਵੀ ਦੱਸਿਆ ਫਿਰ ਕੀ ਹੋਣਾ ਸੀਗਾ ਜਦੋਂ ਮੈਨੂੰ ਪਤਾ ਲੱਗਿਆ ਉਹ ਵਿਆਹੀ ਗਈ ਪੰਜ ਨਿਆਣੇ ਉਹਦੇ ਪਰ ਕੀ ਸੱਤ ਤਾਂ ਮੇਰੇ ਸੀ ਜੇ ਉਹਦੇ ਪੰਜ ਸੀ ਤੇ ਸੱਤ ਦਿਲ ਦੇ ਵਿੱਚ ਉਹੀ ਸੀ ਉਹੀ ਸੀ ਉਹੀ ਸੀ ਫਿਰ ਕੀ ਹੋਇਆ ਜੇ ਪੰਜ ਉਹਦੇ ਸੱਤ ਮੇਰੇ ਵੀ ਸੀਗੇ ਫਿਰ ਕੀ ਹੋਣਾ ਸੀਗਾ ਪੁੱਤਰੋ ਬਾਬਾ ਜੀ ਨੇ ਕੋਈ ਇਹੀ ਜ਼ਿੰਦਗੀ ਨੰਗੀ ਮਬਲ ਕੀਤੀ ਆ ਹਨਾ ਇੱਦਾਂ ਹੀ ਜ਼ਿੰਦਗੀ ਨੰਗਦੀ ਗਈ ਕੀ ਹੋ ਗਿਆ ਬਾਬਾ ਜੀ ਤੈਨੂੰ ਪਿਆਰ ਨਹੀਂ ਆਇਆ ਕੋਈ ਨਹੀਂ ਪਿਆਰ ਹੀ ਲੱਭਾ ਪਰ ਤੁਹਾਡੇ ਸੱਤ ਨਹੀਂ ਕੋਈ ਸ਼ਰਮ ਕਰੋ ਯਾਰ ਸਾਡਾ ਇੱਕ ਵੀ ਨਹੀਂ ਮੈਨੂੰ ਇਹ ਦੱਸ ਘੰਟਾ ਜੀ ਤੈਨੂੰ ਗੱਲ ਸੁਣਾਉਣ ਲੱਗਾ ਇਹਨੂੰ ਲੱਭੀ ਤਾਂ ਹੈ ਕੋਈ ਨਹੀਂ ਇਹਨੇ ਮੁਹੱਬਤ ਕਿਹੜੀ ਕੀਤੀ ਜੇ ਓਏ ਮੁਹੱਬਤ ਹੈ ਕਿਤੇ ਮੁਹੱਬਤ ਇਦਾਂ ਹੀ ਹੁੰਦੀ ਆ 7 ਸਾਲ ਉਹਦੇ ਮਗਰ ਜ਼ਿਆਦਾ ਕਰ ਦਿੱਤੇ ਉਹ ਦਫਾ ਕਰ 7 ਸਾਲ 7 ਮਹੀਨੇ ਬਹੁਤ ਨੇ ਫਿਰ ਨਵੀਂ ਲੱਭੇਗੀ ਚੱਲ